ਇੱਕ ਵਾਰ ਮੈਂ ਆਰਮੀ ਦੀ ਭਰਤੀ ਦੇਖਣ ਲਈ ਬਹੁਤ ਮਿਹਨਤ ਕੀਤੀ। ਇੱਕ ਸਾਲ ਟਰਾਈ ਕਰਦਾ ਰਿਹਾ। ਜਦੋਂ ਭਰਤੀ ਦਾ ਦਿਨ ਆਇਆ ਤੇ ਮੈਂ ਆਪਣੇ ਬਾਪੂ ਨੂੰ ਕਿਹਾ, ਬਾਪੂ ਮੈਂ ਭਰਤੀ ਦੇਖਣ ਜਾਣਾ। ਤੇ ਬਾਪੂ ਕਹਿੰਦਾ, ਪੁੱਤ ਅੱਜ ਤੇ ਮੇਰੇ ਕੋਲ ਕੋਈ ਵੀ ਰੁਪਈਆ ਨਹੀਂ ਹੈਗਾ, ਤੇ ਮੈਂ ਤੈਨੂੰ ਕਿੱਥੋਂ ਦੇਵਾਂ ਪੈਸੇ। ਫਿਰ ਬਾਪੂ ਡੇਅਰੀ ਵਾਲੇ ਕੋਲ ਗਿਆ ਪਤਾ ਕਰਨ, ਤੇ ਬਾਪੂ ਨੇ ਜਿਹੜੇ ਘਰਾਂ 'ਚ ਦੁੱਧ ਲਾਇਆ ਸੀ ਬਾਪੂ ਉੱਥੇ ਵੀ ਗਿਆ, ਉੱਥੋਂ ਵੀ ਪੈਸੇ ਨਹੀਂ ਮਿਲੇ। ਹਾਰ ਕੇ ਬਾਪੂ ਵਿਚਾਰਾ ਵਾਪਸ ਆ ਗਿਆ, ਕਹਿੰਦਾ, ਪੁੱਤ ਪੈਸੇ ਨਹੀਂ ਮਿਲੇ ਕਿਤਿਓਂ। ਮੈਨੂੰ ਗੁੱਸਾ ਵੀ ਆਇਆ, ਪਰ ਮੈਂ ਕੀ ਕਰ ਸਕਦਾ, ਘਰ ਦੇ ਹਾਲਾਤਾਂ ਤੋਂ ਮਜਬੂਰ ਸੀ। ਹੁਣ ਮੈਂ ਇੰਨੀ ਮਿਹਨਤ ਕੀਤੀ ਹੋਈ ਸੀ, ਹੁਣ ਪੈਸੇ ਨਾ ਹੋਣ ਕਰਕੇ ਮੈਂ ਭਰਤੀ ਦੇਖਣ ਨਹੀਂ ਜਾ ਸਕਦਾ। ਇੰਨੇ ਚਿਰ ਨੂੰ ਮੇਰੀ ਮਾਂ ਦਸਾਂ ਦਸਾਂ ਵਾਲੇ ਆਟੇ ਨਾਲ ਲਿਬੜੇ ਹੋਏ ਨੋਟ ਕੱਢ ਕੇ ਲਿਆਉਂਦੀ ਹੈ ਤੇ ਝਾੜਦੀ ਹੋਈ ਕਹਿੰਦੀ, ਪੁੱਤ ਮੈਂ ਬੜੇ ਚਿਰ ਤੋਂ ਇਹ ਨੋਟ ਸਾਂਭ ਕੇ ਰੱਖੇ ਆ ਕਿ ਮੇਰੇ ਪੁੱਤ ਨੂੰ ਕਿਤੇ ਐਮਰਜੈਂਸੀ ਲੋੜ ਨਾ ਪੈ ਜਾਵੇ। ਤੇ ਮੈਂ ਆਪਣੀ ਮਾਂ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ। ਮਾਂ ਤੇ ਮਾਂ ਹੀ ਹੁੰਦੀ ਹੈ ਨਾ। ਠੇਕਰਦਾਰ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ।